ਜਿਵੇਂ ਕਿ ਆਪਣੇ ਕੋਲ ਹਜ਼ਾਰ ਗਾਵਾਂ ਦਾ ਡੇਰੀ ਫਾਰਮ ਆ ਤੇ ਹਜ਼ਾਰ ਗਾਵਾਂ ਦੀ ਚਵਾਈ ਤੇ ਕਿੰਨਾ ਟਾਈਮ ਲੱਗਦਾ ਜੇਕਰ ਇਹਦੇ ਬਾਰੇ ਗੱਲ ਕਰੀਏ ਨਾ ਤਾਂ ਤਕਰੀਬਨ 7 ਮਿੰਟਾਂ ਦੇ ਵਿੱਚ ਆਪਾਂ 50 ਗਾਵਾਂ ਚੋ ਦਿੰਨੇ ਆ ਜਿਹੜਾ ਕਿ ਆਪਣਾ ਇੱਕ ਰਾਉਂਡ ਹੁੰਦਾ ਉਹਦੇ ਤੇ ਇੱਕ ਵਾਰੀ ਦੇ ਵਿੱਚ 50 ਗਾਵਾਂ ਆਉਂਦੀਆਂ ਤੇ ਇੱਕ ਗਾਂ ਹਮੇਸ਼ਾ ਚੜ ਜਾਂਦੀ ਆ ਤੇ ਇੱਕ ਗਾਂ ਉਤਰ ਜਾਂਦੀ ਆ ਤੇ ਇੱਕ ਗਾਂ ਨੂੰ ਦੂਜੀ ਕੰਨੀ ਤੱਕ ਜਾਣ ਤੇ ਤਕਰੀਬਨ 7 ਮਿੰਟ ਲੱਗਦੇ ਆ ਤੇ 7 ਮਿੰਟਾਂ 'ਚ ਇਸ ਤਰੀਕੇ ਦੇ ਨਾਲ 50 ਗਾਵਾਂ ਚੋਈਆਂ ਜਾਂਦੀਆਂ ਤੇ ਜੇਕਰ ਆਪਾਂ ਗੱਲ ਕਰੀਏ ਹਜ਼ਾਰ ਗਾਵਾਂ ਦੀ ਤਾ तकरीबन 20 ਲੈਪ ਲੱਗਦੇ ਆ ਯਾਨੀ ਕਿ 20 ਰਾਉਂਡ ਆਉਂਦੇ ਆ ਹਜ਼ਾਰ ਗਾਵਾਂ ਦੇ ਜਿਵੇਂ ਕਿ ਇੱਕ ਰਾਉਂਡ ਦੇ ਵਿੱਚ ਆਪਣੀਆਂ 50 ਗਾਵਾਂ ਚੋਂ ਜਾਂਦੀਆਂ ਤਾਂ तकरीबन 140 ਮਿੰਟ ਲੱਗਦੇ ਆ ਤੇ ਤੁਸੀਂ ਕਹੋ ਕਿ 10 ਮਿੰਟ ਆਪਣੀ ਕਈ ਵਾਰੀ ਡੈਰੀ ਰੁਕ ਜਾਂਦੀ ਆ ਯਾਨੀ ਕਿ 2.5 ਘੰਟਿਆਂ ਦੇ ਵਿੱਚ ਆਪਾਂ ਹਜ਼ਾਰਾਂ ਚੋ ਦਿੰਨੇ ਆ ਇਸ ਤਰੀਕੇ ਦੇ ਨਾਲ ਇੰਨੀ ਫਾਸਟ ਮਿਲਕਿੰਗ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਫੋਲੋ ਜ਼ਰੂਰ ਕਰ ਲਓ